ਦੋਵਾਂ ਫੋਰਮਾਂ ਵੱਲੋਂ ਜਿਹੜਾ ਦਿੱਲੀ ਅੰਦੋਲਨ 2 ਚੱਲ ਰਿਹਾ ਹੈਗਾ, ਜਿਵੇਂ ਤੁਸੀਂ ਸ਼ੰਭੂ ਬਾਰਡਰ 'ਤੇ ਕੱਲ੍ਹ ਦਾ ਘਟਨਾਕ੍ਰਮ ਦੇਖਿਆ ਹੈਗਾ, ਤੁਹਾਨੂੰ ਪਤਾ ਵੀ ਕੇਂਦਰ ਸਰਕਾਰ ਨੀਟ ਇਮਤਿਹਾਨਾਂ 'ਚ ਬੁਰੀ ਤਰ੍ਹਾਂ ਫਸੀ ਹੋਈ ਆ ਭ੍ਰਿਸ਼ਟਾਚਾਰ ਦੇ ਮੁੱਦੇ 'ਤੇ। ਅੱਜ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ, ਜਿਹਦੇ 'ਤੇ ਅਸੀਂ ਸਵਾਲ ਚੱਕਣੇ ਸੀਗੇ ਵੀ ਇਸ ਸੈਸ਼ਨ ਦੇ ਵਿੱਚ ਕੱਲ੍ਹ ਨੂੰ ਰਾਸ਼ਟਰਪਤੀ ਜੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਔਰ ਬਜਟ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਉਹ ਚਰਚਾ ਹੋਣੀ ਚਾਹੀਦੀ ਹੈ, ਅਸੀਂ ਵਿਰੋਧੀ ਧਿਰ ਨੂੰ ਕਹਿਣਾ ਸੀ। ਇਦੋਂ ਕਹਾਂ ਤੇਲੰਗਾਨਾ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਖਤਮ ਕਰ ਦਿੱਤਾ, ਉਹਦੇ 'ਚ ਮੀਡੀਆ 'ਚ ਚਰਚਾ ਚੱਲ ਰਹੀ ਸੀ ਹੈਗੀ। ਇਹਦੇ ਨਾਲ ਪੰਜਾਬ ਸਰਕਾਰ ਨਸ਼ਿਆਂ ਵਾਲੇ ਮਸਲੇ 'ਤੇ ਬੁਰੀ ਤਰ੍ਹਾਂ ਫਸੀ ਪਈ ਸੀ, ਰੋਜ਼ ਨੌਜਵਾਨ ਜਿਹੜੇ ਨਸ਼ਿਆਂ ਓਵਰਡੋਜ਼ ਨਸ਼ਿਆਂ ਕਰਕੇ ਜਿਹੜੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ। ਹੁਣ ਤੁਸੀਂ ਦੇਖੋ ਇਸ ਕੰਟੈਕਟ ਦੇ ਵਿੱਚ ਇੱਕ ਗੁਜਰਾਤ ਦੀ ਬੀਬੀ ਦਰਬਾਰ ਸਾਹਿਬ ਵਾਲਾ ਜਿਹੜਾ ਪੂਰਾ ਪ੍ਰਕਰਮ ਆ ਉਹ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਰੋਜ਼ ਕੰਟੈਕਟ 'ਤੇ ਬੋਲਦੀ ਹੈਗੀ ਆ ਔਰ ਉਹਦੀਆਂ ਵੀਡੀਓ ਲੱਖਾਂ 'ਚ ਮਸ਼ਹੂਰ ਹੁੰਦੀਆਂ। ਇਹ ਹੁਣ ਕਿਉਂ, ਇਹਦੀ ਟਾਈਮਿੰਗ ਦੇਖੋ ਹੁਣ ਕਿਉਂ ਵਾਪਰਿਆ। ਇਹਦੇ ਨਾਲ ਸ਼ੰਭੂ ਵਾਲੀ ਘਟਨਾ ਕਿਵੇਂ ਜੁੜ ਕੇ ਚੀਜ਼ਾਂ ਕਿਵੇਂ ਸਾਹਮਣੇ ਆ ਰਹੀਆਂ, ਭਲਾ ਇਹ ਗੱਲ ਭਾਜਪਾ ਨੂੰ ਚੰਗੀ ਨਹੀਂ ਲੱਗੂਗੀ, ਇਹ ਮੋਦੀ ਸਰਕਾਰ ਨੂੰ ਇਹ ਗੱਲ ਵਾਰਾਂ ਨਹੀਂ ਖਾਂਦੀ ਹੈਗੀ। ਅਸੀਂ ਕਹਿਣਾ ਚਾਹੁੰਦੇ, ਅਸੀਂ ਤਾਂ ਰੋਜ਼ ਬੋਲ ਰਹੇ, ਸਾਡਾ ਬਿਆਨ ਨਹੀਂ ਵਿਖਾਲਿਆ ਜਾ ਰਿਹਾ ਵੀ ਤੁਸੀਂ ਮੀਡੀਆ ਵਾਲੇ ਗੱਡੀਆਂ ਲੈ ਕੇ ਆ ਜਾਓ। ਇੱਕ ਪੰਜਾਬ ਸਰਕਾਰ ਦੇ AIG ਚਰਨਜੀਤ ਸਿੰਘ ਦਾ ਫੋਨ ਆਇਆ ਵੀ ਕਹਿੰਦਾ ਵੀ ਮੈਨੂੰ ਲੱਗਦਾ ਵੀ ਇੱਕ ਬੰਨਾ ਖੁੱਲ੍ਹਿਆ। ਅਸੀਂ ਤਾਂ ਕਹਿੰਦੇ DGP ਜਾਂ ਮੁੱਖ ਮੰਤਰੀ ਪੰਜਾਬ, ਇਹ ਮੇਰਾ ਬਿਆਨ ਨਹੀਂ ਵਿਖਾਲਿਆ ਜਾਣ, ਖੁਦ ਆ ਜਾਣ, ਜਦੋਂ ਉਹਨਾਂ ਦੀਆਂ ਗੱਡੀਆਂ ਲੰਘਣਗੀਆਂ। ਜੇ ਤਾਂ ਕਿਸਾਨ ਰੋਕਣਗੇ ਫਿਰ ਕਿਸਾਨ ਆਗੂ ਦੋਸ਼ੀ ਨੇ, ਜੇ ਸਿੱਧੀ ਜਾ ਕੇ ਦੀਵਾਰ ਅਗਲੇ ਬੰਨੇ ਮੋਦੀ ਸਰਕਾਰ ਦੀ ਕੱਢੀ ਆਊਗੀ ਜਾਂ ਉੱਥੇ ਅਰਧ ਸੈਨਿਕ ਫੋਰਸ ਨੇੜੇ ਨਹੀਂ ਜਾਣਦੇ ਫਾਇਰ ਮਾਰਦੇ ਆ, ਜੇ ਉਹ ਗੱਲਾਂ ਸਾਹਮਣੇ ਆਉਣਗੀਆਂ ਫਿਰ ਦੋਸ਼ੀ ਮੋਦੀ ਸਰਕਾਰ ਜਾਂ ਹਰਿਆਣਾ ਸਰਕਾਰ ਹੋਈ ਨਾ, ਇਹਦੀ ਚਰਚਾ ਨਹੀਂ ਹੋਊਗੀ ਮੀਡੀਆ ਦੇ ਵਿੱਚ, ਇਹ ਬਿਆਨ ਨੂੰ ਵਿਖਾਲਿਆ ਜਾਊਗਾ। ਦੂਸਰੇ ਬੰਨੇ ਹਾਲੇ ਤਾਂ ਸ਼ਹੀਦ ਸੁਭਕਰਨ ਦੇ ਮਾਪਿਆਂ ਦੀਆਂ ਅੱਖਾਂ ਵੀ ਹੰਝੂ ਨਾਲ ਸੁੱਕੀਆਂ ਨਹੀਂ ਹੈਗੀਆਂ। 130 ਜਿਹੜੇ ਜ਼ਖਮੀ ਹੋਏ ਆ, ਬਹੁਤਿਆਂ ਦੇ ਹੱਥਾਂ 'ਤੇ ਵਿੰਨੀਆਂ ਗਈਆਂ ਅੱਖਾਂ ਵਿੰਨੀਆਂ ਗਈਆਂ, ਉਹਨਾਂ ਦੇ ਵੀ ਜ਼ਖਮ ਅਜੇ ਤਰੀਕੇ ਨਾਲ ਭਰੇ ਨਹੀਂ ਗਏ। ਹੁਣ ਜਦੋਂ ਇਹ ਕਿਸਾਨ ਅੰਦੋਲਨ ਸਿਰੇ ਲੱਗਣ ਵਾਲੇ ਪਾਸੇ ਨੂੰ ਵੱਧ ਰਿਹਾ, ਭਾਵੇਂ ਸਾਲ ਲੱਗੇ 6 ਮਹੀਨੇ, ਹੁਣ ਇਹ ਭਾਜਪਾ ਨੂੰ ਮੋਦੀ ਸਰਕਾਰ ਨੂੰ ਹੀ ਠੀਕ ਲੱਗੂਗਾ ਵੀ ਅਜਿਹਾ ਹੋ ਜੇ। ਇਹ ਸਾਰਾ ਕੁਝ ਜੋ ਹੋ ਰਿਹਾ ਇਹ ਕਿਹਦੇ ਹੱਕ 'ਚ ਭੁਗਤ ਰਿਹਾ, ਮੋਦੀ ਸਰਕਾਰ ਦੇ ਹੱਕ 'ਚ ਭੁਗਤ ਰਿਹਾ ਨਾ। ਫਿਰ ਮੋਦੀ ਸਰਕਾਰ ਇਹਨਾਂ ਗੱਲਾਂ ਦੇ ਪਿੱਛੇ ਕਿਉਂ ਨਾ ਹੋਊਗੀ, ਕਿਉਂ ਨਾ ਉਹ ਚਾਹੂਗੀ ਵੀ ਇਸ ਕਿਸੇ ਦਾ ਹੋਵੇ। ਤੁਸੀਂ ਦੇਖੋ ਗਾਜ਼ੀਪੁਰ ਦਾ ਜਿਹੜਾ ਦਿੱਲੀ ਅੰਦੋਲਨ ਪਹਿਲਾਂ, ਉਹਦੇ ਵਿੱਚ ਵੀ ਗਾਜ਼ੀਪੁਰ 'ਤੇ ਸਥਾਨਕ ਲੋਕ ਠਾਲਣ ਗਏ ਕਿ ਉਹ ਸੀਗੇ। ਸ਼ੰਭੂ ਬਾਰਡਰ 'ਤੇ ਵੀ ਇਹ ਸੁਰਖੀਆਂ ਲੱਗੀਆਂ ਸੀ ਅਖਬਾਰਾਂ 'ਚ ਵੀ ਸਥਾਨਕ ਲੋਕ ਮੇਲਾ ਕਰਾਉਣ ਗਏ। ਉਹ ਅਮਨ ਡਬਾਸ ਅਤੇ ਪ੍ਰਦੀਪ ਖੱਤਰੀ ਦੀ ਅਸੀਂ ਸਬੂਤਾਂ ਸਮੇਤ ਸਰਕਾਰ ਨੂੰ ਵੀਡੀਓ ਦਿਖਾ ਦਿੱਤੀਆਂ। ਤਾਂ ਸਵਾਲ ਇਹ ਨਹੀਂ ਹੈ, ਸਥਾਨਕ ਲੋਕ ਸਾਡੇ ਨਾਲ ਨੇ, ਪਵਾਦ ਵਾਲੇ ਲੋਕ ਸਾਡੇ ਨਾਲ ਨੇ। ਅਸੀਂ ਤਾਂ ਕਹਿ ਰਹੇ ਹਾਂ ਵੀ ਵਪਾਰੀ ਟਰਾਂਸਪੋਰਟ ਅਤੇ ਆਮ ਜਨਤਾ ਨੂੰ ਸਮੱਸਿਆ ਆ ਰਹੀ ਹੈ, ਰਾਹ ਵਿਹਲਾ ਕਰੋ, ਫਿਰ ਵੀ ਸਾਡੇ 'ਤੇ ਸਵਾਲ ਕਿਉਂ? ਤਾਂ ਇਸ ਕਰਕੇ ਇਹ ਕੇਂਦਰ ਦੀਆਂ ਸਾਜਿਸ਼ਾਂ ਕਾਮਯਾਬ ਨਹੀਂ ਹੋਣੀਆਂ ਹੈਗੀਆਂ, ਨਾ ਪੰਜਾਬ ਵਾਲੀਆਂ ਏਜੰਸੀਆਂ ਦੀਆਂ ਕਾਮਯਾਬ ਹੋਣਗੀਆਂ। ਠੀਕ ਹੈ ਜੀ, ਅਸੀਂ ਸਪਸ਼ਟ ਕਹਿੰਦੇ ਹਾਂ ਵੀ ਇੰਨਾ ਸੌਖਾ ਨਹੀਂ ਹੈ ਮੋਦੀ ਜੀ ਸਾਨੂੰ ਮਾਰਿਆਂ ਤੋਂ ਬਗੈਰ। ਠੀਕ ਹੈ ਜੀ, ਤੁਸੀਂ ਜੋ ਮਰਜ਼ੀ ਸਾਜਿਸ਼ਾਂ ਕਰ ਲਓ,
ਨਾ ਉਹਨਾਂ ਨੂੰ ਭਾਵੇਂ ਜਿਹੜਾ ਮਰਜ਼ੀ ਦੇ ਲਿਓ, ਅਸਲ ਗਲੇ ਦੀ ਹੱਡੀ ਤੁਹਾਡਾ ਹੈ। ਇਹ ਮੋਰਚਾ ਬਣਿਆ ਪਿਆ ਔਰ ਇਹ ਅੰਦੋਲਨ ਜਿਹੜਾ ਵਾ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕਰ ਰਿਹਾ ਵਾ। ਹੋਰ ਇਹਦੀ ਮੰਗ ਕਰ, ਭਾਵੇਂ ਕੱਲ੍ਹ ਬਹਿ ਕੇ ਸਾਡੇ ਨਾਲ ਨਿਬੜ ਜਾਓ।